ਵਰਤਾਰਾ ਅਫਗਾਨਿਸਤਾਨ 'ਚ ਵਰਤਿਆ, ਹੁਣ ਮੇਰਾ ਖਿਆਲ ਉੱਥੇ ਨਾ ਮਾਤਰੇ ਸਿੱਖ ਰਹਿ ਗਏ ਆ। ਅਤੇ ਅਸੀਂ ਪਾਕਿਸਤਾਨ ਸਰਕਾਰ ਨੂੰ ਵੀ ਅਪੀਲ ਵੀ ਕੀਤੀ ਅਤੇ ਈਮੇਲ ਵੀ ਇਸਲਾਮਾਬਾਦ ਕੀਤੀ ਆ ਕਿ ਸਿੱਖਾਂ ਦਾ ਪਾਕਿਸਤਾਨ 'ਚ ਮਨੋਰਟੀ ਕਮਿਊਨਿਟੀ ਦੇ ਤੌਰ ਦੇ ਉੱਤੇ ਸੁਰੱਖਿਆ ਕੀਤੀ ਜਾਵੇ। ਪਰ ਮੈਂ ਸਮਝਦਾ ਕਿ ਗੁਰਮਤੀਆਂ ਜਿਹੜੀਆਂ ਉੱਥੇ ਪੈੜਾਂ ਸਾਡੀਆਂ ਉਹਨਾਂ ਨੂੰ ਮਟੇਣ ਦਾ ਯਤਨ ਕੀਤਾ ਜਾ ਰਿਹਾ, ਅਤੇ ਉਹ ਜਿਹੜੇ ਬੰਦੇ ਆ ਕੇ ਉਹ ਇਹਨਾਂ ਕਾਰਜਾਂ ਦੇ ਵਿੱਚ ਆਪਣਾ ਯੋਗਦਾਨ ਪਾਉਂਦੇ ਆ, ਉਹ ਕਿਉਂਕਿ ਅਸੀਂ ਹੋਰ ਫਿਰਕੇ ਨਾਲ ਸੰਬੰਧ ਰੱਖਦੇ ਆ। ਮੈਂ ਭਾਰਤ ਸਰਕਾਰ ਤੋਂ ਵੀ ਮੰਗ ਕਰਦਾ ਕਿ ਤੁਸੀਂ ਵੀ, ਕਿਉਂਕਿ ਸਿੱਖਾਂ ਦਾ ਬਹੁਤ ਵੱਡਾ ਯੋਗਦਾਨ ਹੈ ਇਸ ਮੁਲਕ ਦੇ ਵਿੱਚ, ਤੁਸੀਂ ਵੀ ਇਹ ਜਿਹੜਾ ਆ ਉਸ ਪਾਕਿਸਤਾਨ ਦੀ ਸਰਕਾਰ ਦੇ ਨਾਲ ਯਤਨ ਕਰਿਆ ਕਰੋ ਕਿ ਜਿਹੜੇ ਰਿਲੀਜੀਅਸ ਮੈਟਰ ਹੈਗੇ ਆ ਜਿੱਥੋਂ ਇਹ ਇਵੇਂ ਦੀ ਕੜੱਤਣ ਪੈਦਾ ਹੁੰਦੀ ਆ, ਉਹ ਇਹੋ ਜਿਹੀਆਂ ਕਾਰਵਾਈਆਂ ਨਾ ਕਰਨ ਦਾ ਉਹਨਾਂ ਨੂੰ ਵੀ ਆਪਣੇ ਯਤਨ ਕਰਨ। ਅੰਮ੍ਰਿਤਪਾਲ ਅਤੇ ਹੋਰ ਸਿੱਖ ਕੈਦੀ ਅਸਾਮ ਜੇਲ੍ਹ ਦੇ ਵਿੱਚ ਬੰਦ ਨੇ, ਭੁੱਖ ਹੜਤਾਲ 'ਤੇ ਨੇ। ਉਹਨਾਂ ਦਾ ਕਹਿਣਾ ਹੈ ਕਿ ਜੇਲ੍ਹ ਦੇ ਖਾਣੇ ਦੇ ਵਿੱਚ ਤੰਬਾਕੂ ਦੀ ਮਿਲਾਵਟ ਹੋ ਰਹੀ ਹੈ, ਇਹਦੇ ਬਾਰੇ ਕੀ ਕਹਿਣਾ ਚਾਹੁੰਦੇ? ਮੈਂ ਸਮਝਦਾ ਜਿਹੜਾ ਅੰਮ੍ਰਿਤਧਾਰੀ ਸਿੱਖ ਆ ਉਹਦੀ ਰਹਿਤ ਵੀ ਆ ਅਤੇ ਬੱਜਰ ਕਰੈਤ ਵੀ ਸਾਡੇ 'ਚ ਹੁੰਦੀ, ਪਰ ਇਹ ਜਿਹੜੀਆਂ ਸਰਕਾਰਾਂ ਮੌਕੇ ਦੀਆਂ ਇਹ ਜਾਣ ਬੁੱਝ ਕੇ ਇਹ ਇਹੋ ਜਿਹਾ ਜਿਹੜੇ ਆ ਉਹ ਕਾਰਜ ਕਰ ਰਹੀਆਂ, ਅਤੇ ਮੈਂ ਸਮਝਦਾ ਬਹੁਤ ਮਾੜੀ ਗੱਲ ਆ। ਮੈਂ ਤਾਂ ਇਹ ਕੱਲ੍ਹ ਪਰਸੋਂ ਇਹ ਵੀ ਗੱਲ ਕਹੀ ਸੀ ਕਿ ਉਹ ਜਿਹੜੇ ਜਿੰਨੇ NSA ਦੇ ਵਿੱਚ 11 ਸਿੰਘ ਉੱਥੇ ਬੈਠੇ ਆ, ਉਹਨਾਂ ਨੂੰ ਆਪਣੇ ਖਾਣਾ ਬਣਾਉਣ ਦੀ ਇਜਾਜ਼ਤ ਦਿੱਤੀ ਜਾਵੇ। ਚਾਹੇ ਉਹਨਾਂ ਦੇ ਕੋਲ ਮਸ਼ਕਤੀ ਹੁੰਦਾ ਸੀ ਜੇਲ੍ਹਾਂ ਦੇ ਵਿੱਚ ਅੱਗੇ, ਉਹ ਮਸ਼ਕਤੀ ਦੇ ਕੇ ਉਹ ਆਪਣਾ ਖਾਣਾ ਆਪ ਤਿਆਰ ਕਰ ਲੈਣ, ਅਤੇ ਜੇ ਮੈਂ ਸਮਝਦਾ ਸਿੱਖ ਨੂੰ ਤੰਬਾਕੂ ਵਿੱਚ ਲੰਗਰ ਦੇ ਵਿੱਚ ਪਾ ਕੇ ਇਹੋ ਜਿਹੀਆਂ ਜਿਹੜੀਆਂ ਸਮੱਸਿਆਵਾਂ ਪੇਸ਼ ਕੀਤੀਆਂ ਜਾ ਰਹੀਆਂ, ਇਹਨਾਂ ਨਾਲ ਰੋਹ ਵੱਧਦਾ ਜਾਂ ਘੱਟਦਾ ਨਹੀਂ, ਕਿਉਂਕਿ ਇਹੋ ਜਿਹੀਆਂ ਕਾਰਵਾਈਆਂ ਨਹੀਂ ਕਰਨੀਆਂ ਚਾਹੀਦੀਆਂ। ਉਹ ਤਾਂ ਸਗੋਂ ਦੂਰ ਦੁਰਾਡੇ ਬੈਠੇ ਆ, ਉਹਨਾਂ ਨੂੰ ਆਪ ਹੀ ਖਾਣਾ ਤਿਆਰ ਕਰਨ ਦੀ ਆਗਿਆ ਦੇ ਦੇਣੀ ਚਾਹੀਦੀ ਹੈ। ਸ਼੍ਰੀ ਹਰਿਮੰਦਰ ਸਾਹਿਬ ਦੇ ਲੰਗਰ ਪ੍ਰਬੰਧਨ ਨੂੰ ਲੈ ਕੇ ਲਾਪਰਵਾਹੀ ਸਾਹਮਣੇ ਆਈ ਹੈ, ਉਸ 'ਤੇ ਕੀ ਕਾਰਵਾਈ ਹੈ? ਉਦੋਂ ਦੂਜੇ ਪਾਸੇ CM ਮਾਨ ਨੇ ਵੀ ਇਸ ਮਸਲੇ 'ਤੇ ਟਵੀਟ ਕੀਤਾ ਹੈ ਅਤੇ ਕਿਹਾ ਹੈ ਕਿ ਪ੍ਰਧਾਨ ਜੀ ਦੱਸਣਗੇ। ਦੇਖੋ, ਮੈਂ ਉਹਨਾਂ ਦੇ ਟਵੀਟ ਦੇ ਪਿੱਛੇ ਤਾਂ ਕਿਉਂ ਜਾਵਾਂ, ਮੈਂ ਪਿਛਲੇ ਦਿਨ ਇਹ ਬੇਨਿਜ਼ਮੀਆਂ ਸਾਹਮਣੇ ਆਈਆਂ ਸੀ। ਜਿਹੜੇ ਸਾਡਾ ਫਲਾਇੰਗ ਵਿਭਾਗ ਆ, ਉਸ ਫਲਾਇੰਗ ਵਿਭਾਗ ਨੇ ਇਹ ਸਾਰੀ ਇਨਕੁਆਇਰੀ ਕੀਤੀ ਆ, ਉਹਦੀ ਹੁਣ ਰਿਪੋਰਟ ਫਾਈਨਲ ਆ ਜਾਣੀ ਆ। ਉਹ ਫਾਈਨਲ ਰਿਪੋਰਟ ਆਉਣ ਤੋਂ ਬਾਅਦ ਜਿਹੜੀ ਬਣਦੀ ਕਾਰਵਾਈ, ਹਰਜਿੰਦਰ ਸਿੰਘ ਧਾਮਿਕਾ ਦੇ ਪਿੱਛੇ ਨਹੀਂ ਹਟਿਆ। ਅਤੇ ਮੁੱਖ ਮੰਤਰੀ ਸਾਹਿਬ ਨੂੰ ਮੈਂ ਕਹਿਣਾ ਚਾਹੁੰਦਾ, ਇਹ ਕਿਹੜੀ ਨਵੀਂ ਰਾਜਨੀਤੀ ਤੁਸੀਂ ਸ਼ੁਰੂ ਕਰ ਲਈ ਆ ਕਿ ਹਰ ਗੱਲ ਸ਼੍ਰੋਮਣੀ ਕਮੇਟੀ ਹੁਣ ਤੁਹਾਨੂੰ ਪੁੱਛ ਕੇ ਕਰਿਆ ਕਰੂਗੀ, ਤੁਸੀਂ ਸਾਨੂੰ ਉਦੇਸ਼ ਕਰਿਆ ਕਰੋਗੇ? ਕਿਉਂ ਇੱਦਾਂ ਦੀਆਂ ਗੱਲਾਂ ਕਰਦੇ ਹਾਂ? ਤੁਹਾਡੇ ਆ 2.5 ਲੱਖ ਕਰੋੜ ਦਾ ਅੱਜ ਘਟਾਲਾ, ਪਤਾ ਨਹੀਂ ਕਿਹਦਾ ਸਬਸਿਡੀ ਦਾ ਆ। ਮੇਰੀ ਆਪਣੀ ਜੁਰਿਸਡਿਕਸ਼ਨ, ਤੁਹਾਡੀ ਆਪਣੀ ਆ, ਜੀ ਆਇਆਂ ਨੂੰ ਹਰ ਇੱਕ ਸਿੱਖ ਨੂੰ ਅਧਿਕਾਰ ਆ ਗੱਲ ਕਰਨ ਦਾ। ਪਰ ਗੱਲ ਕਰਨ ਦਾ ਇੱਕ ਹੁੰਦਾ ਗੁਰੂ ਰਾਮਦਾਸ ਪਾਤਸ਼ਾਹ ਦੇ ਦਰ ਦੀ, ਉਹ ਜੂਠਾਂ ਦਾ ਇੱਕ ਹੈਗਾ ਜਿਹੜਾ ਉਹਨੂੰ ਆਪਾਂ ਕਹਿੰਦੇ ਹਾਂ ਬੇਨਿਜ਼ਮੀਆਂ ਹੋਈਆਂ, ਅਤੇ ਆਪਾਂ ਹੁਣ ਗੁਰੂ ਰਾਮਦਾਸ ਪਾਤਸ਼ਾਹ ਦੇ ਦਰ ਦੇ ਉੱਤੇ ਵੀ ਕਿੰਦੂ ਪ੍ਰੰਤੂ ਸ਼ੁਰੂ ਕਰਾਂਗੇ? ਇਹ ਅਸੀਂ ਡੰਘਾਈ ਦੇ ਨਾਲ ਲੱਗੇ ਹੋਵਾਂ, ਅਤੇ ਹਰਜਿੰਦਰ ਸਿੰਘ ਧਾਮੀ ਨੇ ਤਾਂ ਕਦੇ ਸਮਝੌਤਾ ਨਹੀਂ ਕੀਤਾ। ਜਿੱਥੇ ਕਿਤੇ ਵੀ ਕੋਈ ਇੱਦਾਂ ਦੇ ਕਾਰਜ ਜਿੱਥੇ ਬੇਨਿਜ਼ਮੀਆਂ ਆਉਂਦੀਆਂ, ਐਟਲੀਸਟ ਅਸੀਂ ਇਹਨਾਂ ਗੱਲਾਂ ਨੂੰ ਕਰਨ ਨੂੰ ਤਿਆਰ ਨਹੀਂ। ਪਰ ਮਾਨ ਸਾਹਿਬ, ਤੁਸੀਂ ਆਪਣਾ ਕਾਰਜ ਜਿਹੜਾ ਉਹ ਚਲਾਈ ਚਲੇ ਜਾਓ, ਇੱਧਰ ਨਾ ਚਿੰਤਾ ਕਰੋ। ਅਸੀਂ ਹੈਗੇ ਹਾਂ ਸਾਰੇ, ਸਾਡੇ 150 ਲਗਭਗ ਮੈਂਬਰ ਬੈਠਾ, ਅਸੀਂ ਆਪਣੀਆਂ ਜਿੱਥੇ ਵੀ ਕੋਈ ਕਤਾਈਆਂ ਹੁੰਦੀਆਂ ਉਹਨੂੰ ਕਤਾਈਆਂ ਦੇ ਵਿੱਚ ਕਦੇ ਵੀ ਕੋਈ ਰਿਲੈਕਸੇਸ਼ਨ ਨਹੀਂ ਦਿੰਦੇ। ਅਤੇ ਅਸੀਂ ਹੁਣ ਵੀ ਜਿਹੜੇ ਇਹਦੇ ਵਿੱਚ ਆ ਨਾਮਜ਼ਦ ਹੋ ਜਾਣਗੇ, ਉਹ ਫਿਰ ਜੋ ਬਣਦੀ ਸਜ਼ਾ ਦਿੱਤੀ ਜਾਊਗੀ। ਪਹਿਲੀ ਗੱਲ ਤਾਂ ਇਹ ਆ ਵੀ ਜਿਹੜਾ ਸਾਡਾ ਪੁਰਾਣਾ ਐਗਰੀਮੈਂਟ ਆ ਉਹ 23 ਜੁਲਾਈ ਤੱਕ ਆ। ਆਹ ਮਹਿਤਾ ਸਾਹਿਬ ਮੇਰੇ ਕੋਲ ਖੜ੍ਹੇ ਆ, ਇਹ ਉਸ ਸਬ ਕਮੇਟੀ ਦੇ ਮੈਂਬਰ ਆ ਜਿਸ ਸਬ ਕਮੇਟੀ ਨੇ ਇਹ ਚੈਨਲ ਦੇ ਬਾਰੇ ਸਾਰਾ ਕੁਛ ਕਾਰਜ ਕਰਨਾ ਆ। ਇਹ ਲਗਭਗ ਪਿਛਲੇ 6 ਮਹੀਨੇ ਤੋਂ ਯਤਨਸ਼ੀਲ ਆ, ਔਰ ਯਤਨਸ਼ੀਲ ਇਹ ਨਹੀਂ ਕਿ ਅਸੀਂ ਆਪਣਾ ਵਾਅਦਾ ਵੀ ਲੋਕਾਂ ਨਾਲ ਕਰਦੇ ਹਾਂ ਵੀ ਇੱਕ ਆਵਾਜ਼ ਐਵੇਂ ਦੀ ਨਾ ਬੁਲੰਦ ਕਰੋ ਵੀ ਇੱਕ ਆਪਾਂ ਰਾਜਨੀਤਿਕ ਰੋਟੀਆਂ ਸੇਕਣ ਲਈ ਕਿਸੇ ਸਪੈਸ਼ਲ ਤੌਰ 'ਤੇ PTC ਦਾ ਨਾਂ ਲੈ ਕੇ ਸ਼੍ਰੋਮਣੀ ਕਮੇਟੀ ਨੂੰ ਵੀ ਵਿੱਚੇ ਤੁਸੀਂ ਕਰ ਰਹੇ ਹਾਂ। ਉਹਨਾਂ ਦਾ ਐਗਰੀਮੈਂਟ ਸਾਡੇ ਨਾਲ 23 ਜੁਲਾਈ ਤੱਕ ਆ, ਉਹ ਤੋਂ ਬਾਅਦ ਇਹ ਕਮੇਟੀ ਕਰ ਰਹੀ ਮੀਟਿੰਗਾਂ, ਕੱਲ੍ਹ ਨੂੰ ਵੀ ਹੁਣ ਇਹਨੇ ਇੱਕ ਮੀਟਿੰਗ ਰੱਖੀ ਹੋਆ, ਉਹਦੇ ਲਈ ਅਸੀਂ ਯਤਨਸ਼ੀਲ ਹਾਂ ਕਿ ਜਦੋਂ ਉਹ ਟਰਮ ਮੁੱਕੂਗੀ ਉਹ ਤੋਂ ਬਾਅਦ ਅਸੀਂ ਸ਼ੁਰੂ ਕਰਾਂਗੇ। ਫਿਰ ਸੈਟੇਲਾਈਟ ਦਾ ਵੀ ਇਹ ਕਮੇਟੀ ਬਣਾ ਦਿੱਤੀ ਆ, ਇਹ ਆਉਂਦੇ ਦਿਨਾਂ ਦੇ ਵਿੱਚ ਉਹਨਾਂ ਨਾਲ ਵੀ ਵੱਡਿਆਂ ਚੈਨਲ ਜਿਹੜੇ ਆਪਣਾ ਸ਼ੁਰੂ ਕਰਨ ਲਈ ਉਹਦੇ ਵੀ ਯਤਨਸ਼ੀਲ ਰਹਾਂਗੇ। ਜਦੋਂ ਸਿੰਘ ਸਾਹਿਬ ਨੇ ਆਦੇਸ਼ ਕੀਤਾ ਸੀ ਕਮੇਟੀ ਉਦੋਂ ਹੀ ਬਣਾ ਦਿੱਤੀ ਸੀ, ਕਿਉਂਕਿ ਕਾਗਜ਼ਾਂ ਪੱਤਰਾਂ ਦਾ ਮਸਲਾ, ਅਤੇ ਤੁਸੀਂ ਇਹਦੀ ਘੋਖ ਵੀ ਕਰ ਸਕਦੇ ਹਾਂ। ਪਰ ਜਿਹੜੇ ਵਿਰੋਧੀ ਆ ਉਹਨੇ ਇਹੋ ਗੱਲ ਸੇਕ ਲੈਣੀ, ਭਾਅ ਜੀ ਇਹਨਾਂ ਨੂੰ ਆਦੇਸ਼ ਹੋਇਆ ਸੀ ਅਤੇ
जे श्रोमणी कमेटी ना दे सिंह साहब का मनू की होर कौन मनूगा। असीं खिड़े मत्थे उन्हां दा हुक्म मानते भी हाँ, पर उहदे विच क्योंकि एक साल का एग्रीमेंट से इस करके समय मुताबक जिहड़ा इहदा फैसला होना सी। बीबी जगीर कौर का कहना है कि जथेदार साहब का तबादला जिहड़ा सियासी दबाव हेठ हुंदा जा रिहा। देखो कहण नूं जो मर्जी कही जाओ, जो कुछ होया तुहाडे सामने आ, सिंह साहब आप भी बोल के गए। हुण कल सिंह साहब ज्ञानी जगतार सिंह होनी जिहड़े सचखंड श्री दरबार साहब के मुख्य ग्रंथी सी, वो अपनी इच्छा के नाल स्टेज पर भी बोल के गए आ, तो वह अपनी स्वै इच्छा के नाल छड़ के गए आ। इवें सिंह साहब ज्ञानी हरप्रीत सिंह जी, वो उन्होंने नाल सारी मेरी पहला भी गल हुई सी, आ साडे बलविंदर सिंह कालमा खड़े आ जिन्हां नूं सद के उन्हें कहा सी, नाल अपने प्रताप सिंह सी, ते उस तों इलावा जिदन मीटिंग भी सी उदन भी उन्हें टेलीफोन करके मैनूं कहा कि मैं एको ही तख्त साहब दे उत्ते सेवा करनी आ। सो आपां क्यास राईआं ना लाईए, अज साडे विच सिखां दे विच एक बड़ी वड्डी एक कह लईए आपां वी इहो घाट आ गई आ कि बुरी गल नूं हरेक नूं करना, पर इदां दी कोई गल नहीं। ज्ञानी हरप्रीत सिंह जी सत्कारयोग आ, उन्हें जिन्ना चिर सेवावां नवाईआं बाखूबी नवाईआं, उन्हां दी असीं प्रशंसा भी की, एग्जैक्टिव भी प्रशंसा की, अज भी करते हैं। वो उन्होंने अपनी मर्जी के नाले छड़िया सी। वाहे